ਦੀਪ ਮੇਰੀ ਅਣਕ ਨਹੀਂ ਵੇਖੀ ਕਿਤੇ ਮੰਮੀ ਜੀ ਘਰ ਦੇ ਇੱਥੇ ਬੈਠ ਕੇ ਮੋਬਾਈਲ ਵੇਖਦੇ ਇੱਥੇ ਕਿਤੇ ਨਹੀਂ ਅਣਕ ਤੁਹਾਡੀ ਪਤਾ ਨਹੀਂ ਕਿੱਥੇ ਰੱਖ ਲਈ ਹੈ ਆ ਦੇਖੋ ਅਣਕ मम्मी जी गगन उठा नहीं हले तक नहीं गगन कितने उठे आज साढ़े आठ बजे उठना उन्हें चलो मैं उठाऊंगी उन्हें आलो चाय पी लो मम्मी जी संदीप मेरी पैंट प्रेस कर दे यार मैं रख दूंगा नहीं दो मिनट रुक जा फिर कर देनी है नहीं नहीं उन्हें कर दे मैं आज पग पुग बननी है दाढ़ी दूड़ी सेट करनी है ठीक है गगना चलिए बाजार मैं सूट सीने देन जाना मैं नहीं जाना मैं तो हुने सुत्ता उठया वा सुत्ते बाजार चलो आ वीर बन के 2 मिनट तक लगने हैं हुने मैं सुत्ता उठया वा अरे नहाना वा फिर रोटी खानी है सुत्ते इना नु काम चेते आ जांदे अजे 10 बजे आ अजे केड़ी दुकान खुल गई होनी है सारे तेरे की थोड़ी है बाजार सुत्ते खुल जांदा वा तू ते उठदा 10 बजे तेनु की पता दुनियादारी ते की होण डया है मैं नहीं हो जाना जुना ओ पाजी चले ही हो जा उना नु पुछला पुछला ਵੀਰ ਜੀ ਡਿਊਟੀ ਚੱਲੇ ਜਾਓ ਮੜ ਜੇ ਮੈਨੂੰ ਬੁਟੀਕ ਵਾਲੀ ਕੋ ਲਾ ਦਿਓ ਮੈਂ ਕਿੱਥੇ ਰਿਕਸ਼ੇ ਤੇ ਜਾਂਦੀ ਰਹੂੰਗੀ ਉੱਥੇ ਕੀ ਕਰਨ ਜਾਣਾ ਮੈਂ ਸੂਟ ਸੀਨੇ ਦੇਣ ਜਾਣਾ ਆ ਓਹੋ ਸੁਖਤੇ ਸੁਖਤੇ ਤੁਹਾਨੂੰ ਸੂਟਾਂ ਦਾ ਚੇਤਾ ਆ ਜਾਂਦਾ ਹੈ ਮੈਂ ਹੁਣ ਅੱਗੇ ਲੇਟ ਹੁੰਦਾ ਮੈਂ ਕਿੱਥੇ ਜਾਂਦਾ ਰਹੂੰਗਾ ਵੀਰ ਜੀ ਅੱਗੇ ਗਗਨ ਨੂੰ ਕਿਹਾ ਉਹ ਵੀ ਨਹੀਂ ਗਿਆ ਹੁਣ ਤੁਸੀਂ ਵੀ ਨਾ ਕਰੀ ਜਾਣ ਦੇ ਉਹ ਸਾਰੀ ਜੜੇ ਵੇਲਾ ਜਿਹਾ ਘਰ ਉਹਨੂੰ ਬਾਅਦ ਚ ਲੈ ਜਾ ਜਾਂਗਾ ਮੇਰੇ ਕੋਲ ਨਹੀਂ ਹੁਣ ਜਾ ਜਾਣਾ ਉੱਥੇ ਬੁਟੀਕ ਵਾਲੀ ਕੋ ਰਸ਼ ਪਤਾ ਕਿੰਨਾ ਹੁੰਦਾ ਲੈ ਜਾ ਹਾਂ ਰਸਤੇ 'ਚ ਜਾਂਦੇ ਜਾਂਦੇ ਲਾ ਦਿਓ ਉਹਨੂੰ ਤੁਸੀਂ ਕਿਹੜਾ ਇੱਧਰ ਉੱਧਰ ਜਾਣਾ ਕਿਤੇ ਸੰਦੀਪ ਮੈਂ ਨਹੀਂ ਜਾਣਾ ਯਾਰ ਗਰਮੀ ਪਤਾ ਕਿੰਨੀ ਨਾਲ ਟਾਈਮ ਕਿੰਨਾ ਲੱਗਦਾ ਉੱਥੇ 10 ਮਿੰਟ ਤਾਂ ਲੱਗਨੇ ਸਾਰੇ ਤੁਸੀਂ ਕਿੰਨਾ ਕੁ ਲੇਟ ਹੋ ਚੱਲੇ ਜੇ ਤੇ ਯਾਰ 10 ਮਿੰਟ ਤੇਰੇ ਭਾਦੇ ਕੁਛ ਨਹੀਂ ਆ ਨਾ ਜਿਹੜਾ ਬੰਦਾ ਡਿਊਟੀ ਤੇ ਜਾਣਾ ਜਿੰਨੇ ਟੈਂਡਰ ਲਾਉਣੀ ਜਾ ਕੇ ਉਹਨੂੰ ਪਤਾ 10 ਮਿੰਟ ਕੀ ਹੁੰਦੇ ਆ ਵੀਰ ਜੀ ਐਦਾਂ ਕਰੋ ਚਾਹੇ ਤੇ ਭਾਬੀ ਜੀ ਨੂੰ ਸਕੂਟਰ ਦੀ ਜਾਸ ਖਾ ਦੋ ਚਾਹੇ ਮੈਨੂੰ ਜਾਸ ਖਾ ਦੋ ਸਾਨੂੰ ਦੋਵਾਂ ਨੂੰ ਜਾਣ ਦੇ ਪਤਾ ਕਿੰਨੀ ਤੰਗੀ ਹੁੰਦੀ ਆ ਕਹੇ ਗਗਨ ਨਹੀਂ ਆਖੇ ਲੱਗਦਾ ਚਾਹੇ ਤੁਸੀਂ ਨਹੀਂ ਆਖੇ ਲੱਗਦੇ ਤੁਸੀਂ ਦੋਵੇਂ ਜਾਣੀਆਂ ਰਿਕਸ਼ੇ ਦੇ ਬਹਿ ਕੇ ਚੱਲ ਜਿਓ ਚੰਗਾ ਤੇ ਗਗਨ ਘਰ ਵੇਲਾ ਉਹਨੂੰ ਕਹਿ ਦਿਓ ਮੈਨੂੰ ਤੁਸੀਂ ਐਵੇਂ ਟੋਕ ਦਿੰਦੀ ਆ ਡਿਊਟੀ ਜਾਣ ਲੱਗੇ ਨੂੰ ਆਵਾਜ਼ ਮਾਰ ਲਈ ਵੀ ਚਾਹ ਪੀ ਲਓ ਤੇ ਚਾਹ ਲਿਆਉਣੇ ਡੇ ਪਤਾ ਨਹੀਂ ਕੀ ਕਰਨ ਲਈ ਉਹ ਆ ਗਈ ਜੇ ਕਿਦਾਂ ਨਹੀਂ ਬਣੀ ਚਾਹ ਤੇ ਜਿੰਦਾ ਚਾਵਾਂ ਵਰਗੀ ਚਾਹ ਆ ਚਾਹ ਨੂੰ ਕੀ ਆ ਗਗਨ ਚਾਹ ਨਹੀਂ ਪੀਂਦਾ ਮੈਂ ਨਹੀਂ ਪੀਣੀ ਮੰਮੀ ਚਾਹ ਮੇਰਾ ਨਹੀਂ ਜੀ ਕਰਨ ਦਿਆ ਕੀ ਕਰਨ ਲੱਗ ਪਿਆ ਮੈਂ ਕਿਚਨ 'ਚ ਕੁਝ ਨਹੀਂ ਮੰਮੀ ਨਿੰਬੂ ਪਾਣੀ ਬਣਾਉਣ ਡਿਆ ਸੀ ਨਿੰਬੂ ਪਾਣੀ ਤੂੰ ਬਣਾਉਣ ਡਿਆ ਹਾਂਜੀ ਮੰਮੀ ਤੂੰ ਕਦ ਲਈ ਬਣਾਉਣ ਡਿਆ ਦੋ ਦੋ ਕਾਹਦੇ ਵਾਸਤੇ ਆ ਕੋਈ ਨਹੀਂ ਮੰਮੀ ਦੋਵੇਂ ਕੰਮ ਕਰਨ ਡਿਆ ਮੈਂ ਬਣਾ ਲੈਣਾ ਇਹ ਕਿੱਡਾ ਕੁ ਕੰਮ ਆ ਤੂੰ ਕਿੱਡਾ ਕੁ ਨਹੀਂ ਤੇ ਫਿਰ ਇਹ ਕਰ ਦਿੰਦੀ ਆ ਨਾ ਹਟ ਗਿਆ ਕਿੱਡਣੇ ਕੰਮ ਤੋਂ ਮੁੰਡਿਆਂ ਦਾ ਕੰਮ ਥੋੜੀ ਹੁੰਦਾ ਰਸੋਈ 'ਚ ਕੰਮ ਕਰਨਾ ਚੱਲ ਬਾਹਰ ਆਪੇ ਬਣਾ ਕੇ ਦਿੰਦੀਆਂ ਵਾ ਕੋਈ ਨਹੀਂ ਮੰਮੀ ਬਣਾ ਲੈਣਾ ਮੁੰਡੇ ਨਹੀਂ ਕਰਦੇ ਹੁੰਦੇ ਕੰਮ ਇਹੋ ਜਿਹਾ ਤੂੰ ਚੱਲ ਬਾਹਰ ਸੰਦੀਪ ਬਣਾ ਕੇ ਦੇ ਤੈਨੂੰ ਪਾਣੀ ਬਣਾ ਦੇ ਮੈਨੂੰ ਭਾਬੀ ਜੀ ਤੁਹਾਨੂੰ ਗੱਲ ਪੁੱਛਾਂ ਹਾਂ ਪੁੱਛ ਵੀਰਾਂ ਤੁਹਾਨੂੰ ਬੁਰਾ ਨਹੀਂ ਲੱਗਦਾ ਬੁਰਾ ਕਾਹਦਾ ਲੱਗਣਾ ਤੁਸੀਂ ਕਿੰਨੀ ਮਿਹਨਤ ਕਰਕੇ ਖਾਣਾ ਬਣਾਉਂਦੇ ਹੋ ਸਾਰਿਆਂ ਦਾ ਕਿੰਨਾ ਖਿਆਲ ਰੱਖਦੇ ਹੋ ਤੇ ਭਾਜੀ ਨੇ ਤੁਹਾਡੀ ਕਦੀ ਤਾਰੀਫ ਨਹੀਂ ਕੀਤੀ ਖਾਣੇ ਦੀ ਕਿਰਨ ਇਹ ਗੱਲ ਨਹੀਂ ਹੈਗੀ ਬੰਦਿਆਂ ਦੀ ਆਦਤ ਹੁੰਦੀ ਹੈ ਘਰ ਵਾਲੇ ਦੀ ਤਾਰੀਫ ਨਾ ਕਰਨਾ ਜੇ ਉਹਨਾਂ ਨੇ ਕਦੀ ਤਾਰੀਫ ਨਹੀਂ ਨਾ ਕੀਤੀ ਮੈਂ ਬੁਰਾਈ ਨਹੀਂ ਕਦੀ ਕੀਤੀ ਹੈਗੀ ਮੈਨੂੰ ਇਸੇ ਗੱਲ ਦੀ ਬੜੀ ਖੁਸ਼ੀ ਆ ਇੰਨਾ ਚੰਗਾ ਪਰਿਵਾਰ ਮਿਲਿਆ ਮੈਨੂੰ ਭਾਬੀ ਵੈਸੇ ਗੱਲ ਤੁਹਾਡੀ ਬਹੁਤ ਵਧੀਆ ਜੀ ਤੁਹਾਡਾ ਸੁਭਾਅ ਬਹੁਤ ਵਧੀਆ ਜੀ ਲੱਗਾ ਮੈਨੂੰ ਅੱਛਾ ਚੱਲ ਠੀਕ ਹੈ ਹੁਣ ਜਲਦੀ ਜਲਦੀ ਕੰਮ ਕਰ ਲਾ ਮੰਮੀ ਜੀ ਹਾਂ
ਉਹ ਆਪਾਂ ਕਿਰਨ ਦਾ ਦਿੱਤਾ ਨਹੀਂ ਅਖਬਾਰ ਚ ਰਿਸ਼ਤੇ ਬਾਰੇ ਅੱਛਾ ਤੇ ਉਹ ਮੇਰੀ ਗੱਲ ਹੋਈ ਸੀ ਮੁੰਡੇ ਵਾਲਿਆਂ ਨਾਲ ਹਾਂ ਤੇ ਮੁੰਡਾ ਵਧੀਆ ਇੱਕ ਵਧੀਆ ਨੌਕਰੀ ਨੌਕਰੀ ਕਰਦਾ ਆ ਅੱਛਾ ਤੇ ਉਹ ਕਹਿਣ ਡੇ ਸੀ ਪਰਸੋਂ ਆਪਾਂ ਆਉਂਦੇ ਫਿਰ ਘਰ ਵੇਖਣ ਕੁੜੀ ਨੂੰ ਚੱਲ ਠੀਕ ਆ ਜਾਣ ਕਿੰਨੇ ਕਿੰਨੇ ਆਉਣਾ ਮੁੰਡਾ ਤੇ ਉਹਦੇ ਫਾਦਰ ਸਾਹਿਬ ਹੀ ਆਉਣਗੇ ਮੇਰੇ ਖਿਆਲ ਨਾਲ ਅੱਛਾ ਚੱਲ ਠੀਕ ਆ ਕੋਈ ਨਹੀਂ ਆ ਜਾਣ ਹਾਂ ਠੀਕ ਆ ਹੋਰ ਭਾਜੀ ਕਿੱਥੇ ਹੁੰਦੀ ਡਿਊਟੀ ਫਿਰ ਆਪਣੀ ਇੱਥੇ ਸ਼੍ਰੀਨਗਰ ਹੁੰਦੀ ਭਾਜੀ ਅੱਛਾ ਅੱਛਾ ਤੇ ਕਿੰਨੇ ਚਿਰ ਦੀ ਛੁੱਟੀ ਆ ਜੀ ਛੁੱਟੀ ਹੈਗੀ ਜੀ 15 ਦਿਨ ਅੱਛਾ ਠੀਕ ਠੀਕ ਆ ਜੀ ਆਪਣੀ ਬੇਟੀ ਕਿਰਨਦੀਪ ਕੌਰ ਸਤਿ ਸ਼੍ਰੀ ਅਕਾਲ ਬੈਠੋ हाँ जी सानू तो बेटा रिश्ता मंजूर है अच्छा जी तू ही एक बार पूछ लो बेटी नू हाँ जी अंकल जी साडे वालों भी हाँ ही है जी ठीक है जी फिर हाँ जी तो बाकी कोई गल नहीं आपां फिर किसे दिन दा रख लैने प्रोग्राम ते छोटा मोटा जो भी रीति रिवाज होंदे फिर कर लांगे ठीक है उदन ही कर लेंगे फिर उसे हाँ जी हाँ जी लो चलो चाह भी नहीं पीती तुम चाह ठंडी हो गई है लो भाजी चाह लो मम्मी जी हाँ वो किरण आया फोन पान कोई ठीक ठाक है आहो ठीक ठाक आया ही फोन ओदा अच्छा ते ओदा कहन दी भी मैनू मिल जाण वीर हुण जाण के ले ए कीड़ी गल है कल ही चल जाने आपा रोड ही बड़े वधिया बन गए हां रोड ते बहुत वधिया बने हां जी हां जी होर सुनो मम्मी डैडी ठीक ठाक ने घर सारा परिवार हां जी हां जी सब वधिया ठीक ठाक जी कृपा वाहेगुरु जी बेटा मोटर चला दो बत्ती पता नहीं कदों चल जानी है हाँ मौसम खराब जहा वा हाँ जी डैड जी चलानी जी मीह बड़ी पैन दी है यार सावन का महीना वा ना कोई मीह हाँ जी हाँ जी अज जो एक दो दिन मीह पैंदा तो सही हो जाता माड़ा जहा तो मुड़ के फिर वही हाल हो जाता है झोनिया नू और लगती है हाँ जी हाँ जी बेटे मेरी वो बीपी दी दवाई ही वो परले रूम जे पया वा लिया के दियो हां जी डेढ़ चिल्ले आउंदी जी हां जी ये ते है जी बैठ जा किरण आके हां जी बैठी पापी जी किरण साडे कोल भी बैठ जा तेनू मिलन आया तू भज्जी फिरती हां हुण ते काम ही हुंदे पाजी काम ही बड़े आ किरण रोटी दा कर लो गगन होना जाना छेती हाँ जी रोटी दा मैं कर लेनी जी की गल है बड़े गुस्से जी बैठा कुछ नहीं वीर जी मैंने तो सोच मारी जान दी है उत्थे दीदी नूं मिलन गए ही तो दीदी साडे कोल बैठी नहीं 5 मिनट भी कदी उहदा सोहरा मोटर बंद करिया कदी भाजी चार्ज ला दे रोटी ला दे असीं तो 5 मिनट गल्लां भी नहीं कीतियां उहनां नूं इन्ना चेचा मिलन गए ही उहनां नूं तो मैनूं तो उहदा तां बड़ा गुस्सा जिहा खाई जान दिया अंदर अंदर कि दीदी नूं इन्ना काम कराउंदे संदीपा मेरी पैंट प्रेस कर दे यार मैं तो अपना ही 2 मिनट रुक जाओ फिर कर दिनी
ਨਹੀਂ ਨਹੀਂ ਹੁਣੇ ਕਰਦੇ ਮੈਂ ਅੱਜ ਪੱਗ ਪੁੱਗ ਬੰਨਣੀ ਆ ਦਾੜ੍ਹ ਦੂੜ੍ਹ ਸੈੱਟ ਕਰਨੀ ਆ ਲੈ ਜਾ ਇਹਨੂੰ ਨਾਲ ਹੀ 5 ਮਿੰਟ ਨਾਲ ਕੀ ਫਰਕ ਪੈਣਾ ਸੰਦੀਪ ਮੈਂ ਨਹੀਂ ਜਾਣਾ ਯਾਰ ਗਰਮੀ ਪਤਾ ਕਿੰਨੀ ਨਾਲ ਟਾਈਮ ਕਿੰਨਾ ਲੱਗਦਾ ਉੱਥੇ ਮੇਰੇ ਕੋਲ ਨਹੀਂ ਜਾਇਆ ਜਾਂਦਾ ਆਹੋ ਇਹ ਤਾਂ ਗੱਲ ਸਹੀ ਆ ਯਾਰ ਤੇਰੀ ਅਸੀਂ ਸੋਚਿਆ ਮਤਲਬ ਮੁੰਡਾ ਵਧੀਆ ਵਾ ਹਾਂ ਬਈ ਘਰ ਬਾਰ ਵਧੀਆ ਅੰਕਲ ਦਾ ਸੁਭਾਅ ਕਿੰਨਾ ਵਧੀਆ ਪਰ ਅੱਜ ਜੋ ਵੇਖਿਆ ਕੁਛ ਨਹੀਂ ਮੰਮੀ ਨੂੰ ਰੋਟੀ ਪਾ ਕੇ ਦੇਣ ਲੱਗਾ ਹਾਂ ਤੇ ਰੋਟੀ ਮੈਂ ਦੇ ਦੇਣੀ ਤੁਸੀਂ ਅੰਦਰ ਜਾ ਕੇ ਬੈਠੋ ਗਰਮੀ ਹੈਗੀ ਆ ਸੰਦੀਪ ਗਰਮੀ ਤੈਨੂੰ ਵੀ ਤਾਂ ਲੱਗਦੀ ਆ ਮੈਨੂੰ ਇਕੱਲੇ ਨੂੰ ਥੋੜੀ ਲੱਗਦੀ ਆ ਤੇ ਨਾਲੇ ਮੈਂ ਤੇਰੀ ਹੈਲਪ ਕਰਾ ਦਿੰਦਾ ਵਾ ਉਹਨੇ ਜਲਦੀ ਹੋ ਜਾਊਗਾ ਕੰਮ ਠੀਕ ਆ ਹਾਂ ਚਲੋ ਠੀਕ ਆ ਯਾਰ ਰੇੜੀ ਰੋਟੀ ਯਾ ਮੈਂ ਲਾ ਦਿੰਦਾ ਮੈਂ ਲਾ ਦਿੰਦੀ ਆ हाँ जी जे तुहानू वीडियो विच दित्ता मैसेज वधिया लग्या होवे तां वीडियो नू लाइक कमेंट ते शेयर जरूर करियो ते जे तुसी साडे चैनल बिंक सिख ते पहली बार आए हो तां चैनल नू सबसक्राइब जरूर कर लियो ते नाल दी नाल तुसी सानू इंस्टाग्राम आईडी ते भी फॉलो कर लियो साडी इंस्टाग्राम आईडी है जी तजिंदर.संदीप ते इसे तरह वीडियोज़ नू प्यार दिंदे रहियो।